ਚਾਲ ਹੈ ਮੀਂਹ ਦਾ ਭੈਣ ਭਰਾ ਸਾਰੇ ਖਰੀਦ ਨਾ ਹੋਣਗੇ ਮੈਂ ਤੁਹਾਡਾ ਆਪਣਾ ਰਿਆਸਤ ਗਿਰ ਅਤੇ ਤੁਸੀਂ ਮੇਰਾ ਚੈਨਲ ਵੇਖਦੇ ਹੋ ਵੇਲਾ ਜੱਟ ਵਨ ਅੱਜ ਕੰਮ 'ਤੇ ਗਏ ਕੰਮ ਤੋਂ ਹੋ ਗਈ ਹੈ ਛੁੱਟੀ ਕਿਉਂਕਿ ਨਦੀਟਾਂ ਨਹੀਂ ਆਈਆਂ ਅਤੇ ਅਸੀਂ ਆ ਗਏ ਹੁਣ ਆਪਣੀ ਰਕਬੇ 'ਚ ਕਿਉਂਕਿ ਹੁਣ ਲਾਉਣ ਲੱਗਾ ਪਾਣੀ ਪੱਠਿਆਂ ਨੂੰ ਪੱਠੇ ਸੁੱਕਣ ਦੇ ਅਤੇ ਮੋਟਰ ਚਲਾਈ ਆ ਮੋਟਰ ਚਲਾ ਕੇ ਲਿਆਉਂਦੀ ਆ ਅਤੇ ਅੱਬੂ ਨੇ ਪਿੱਛੇ ਮੈਂ ਰੋਜ਼ਾ ਰੱਖਿਆ ਅੱਬੂ ਹੋਰਾਂ ਨੇ ਮੇਰਾ ਰੋਜ਼ਾ ਕੋਈ ਨਹੀਂ ਮੈਂ ਕਿਹਾ ਚਲੋ ਮੈਂ ਨਾ ਅੱਗੇ ਪਾਣੀ ਲਾਉ ਤੁਸੀਂ ਨਾ ਪਿੱਛੇ ਬਸ ਫੇਰਾ ਹੀ ਲਾਇਓ ਕਿਉਂਕਿ ਪਿੱਛੇ ਪਾਣੀ ਟੁੱਟ ਜਾਂਦਾ ਅੱਬੂ ਨੇ ਹੁਣ ਪਿੱਛੇ ਅਤੇ ਮੈਂ ਅੱਗੇ ਖੜਾ ਵਾ ਆਪਣੇ ਰਕਬੇ ਦੇ ਵਿੱਚ ਪੈੜੀ 'ਚ ਪੱਠਿਆਂ ਲਾਉਣ ਲੱਗਾ ਪਾਣੀ ਜਗ੍ਹਾ ਸੀ ਜਗ੍ਹਾ ਨੂੰ ਮੈਂ ਕਿਹਾ ਪਾਣੀ ਲਾ ਦਈਏ ਕਿਉਂਕਿ ਆਖਰਲਾ ਲੋਹਾ ਜਵੇ ਦਾ ਇਹਨੂੰ ਪਾਣੀ ਲਾਈਏ ਫਿਰ ਵੱਢ ਕੇ ਬਾਜਰਾ ਬੀਜੀਏ ਟਾਈਮ ਦੇ ਨਾਲ ਅਤੇ ਇਸ ਵਾਸਤੇ ਹੁਣ ਅੱਜ ਛੁੱਟੀ ਕਰ ਰਹੇ ਹੋ ਮੈਂ ਨਾ ਟਾਈਮ ਲਾ ਕੇ ਮੁੰਡਾ ਮੈਨੂੰ ਕਹਿੰਦਾ ਚੱਲੀਏ ਹੋਰ ਕਿਸੇ ਪਾਸੇ ਜਾਂਦੇ ਹਾਂ ਮੈਂ ਕਿਹਾ ਨਹੀਂ ਯਾਰ ਪੱਠੇ ਭਰ ਲਈ ਜਾ ਕੇ ਅੱਬੇ ਦਾ ਰੋਂਦਾ ਵਾ ਅਤੇ ਉਹਨਾਂ ਨੂੰ ਰੋਂਦਾ ਲੱਗ ਜਾਂਦਾ ਜੇ ਪਾਣੀ ਲਾਉਂਦੇ ਰਹੇ ਹੁਣ ਭਾਅ ਜੀ ਨੂੰ ਮੋਟਰ ਚਲਾਈ ਆ ਪਾਣੀ ਲਾਉਂਦੇ ਹਾਂ ਪਾਣੀ ਲਾ ਕੇ ਫਿਰ ਕਿਸੇ ਪਾਸੇ ਨਿਕਲਾਂਗੇ ਅੱਲਾ ਖੈਰ ਕਰੇ ਆਓ ਚੱਲਾ ਤਾਂ ਜਗ੍ਹਾ ਪਾਣੀ ਗੁੰਨੀ ਆ ਪਾਣੀ ਆਉਣਾ ਤਕਰੀਬਨ ਪੰਜਾਂ ਛਿਆਂ ਸੱਤਾਂ ਕਿੱਲਿਆਂ ਤੋਂ ਦੂਰੋਂ ਮੋਟਰ ਆ ਉੱਥੋਂ ਪਾਣੀ ਨਾ ਮੈਂ ਤਾਂ ਖਾਣੇ ਦੇ ਅੱਗੇ ਆਇਆ ਪਾਣੀ ਵੇਖਾਂਗੇ ਤਾਂ ਪਿੱਛੇ ਤਾਂ ਨਹੀਂ ਟੁੱਟਿਆ ਲੇਕਿਨ ਪਿੱਛੇ ਪਾਣੀ ਕੋਈ ਨਹੀਂ ਟੁੱਟਾ ਕਿਉਂਕਿ ਪਾਣੀ ਅਜੇ ਲੇਟ ਆ ਮੈਨੂੰ ਲੱਗਦਾ ਕਿ ਪਾਣੀ ਸਾਡੇ ਵਾਲੇ ਖਾਲੇ 'ਚ ਵੜ ਆਇਆ ਵਾ ਜਿਹਦੇ 'ਚ ਮੈਂ ਤੁਰਿਆ ਆ ਰਿਹਾ ਇਹਦੇ 'ਚ ਪਾਣੀ ਆ ਗਿਆ ਵਾ ਆਪਣੇ ਖਾਲੇ ਦੇ ਵਿੱਚ ਪਾਣੀ ਆ ਗਿਆ ਜੀ ਮੈਨੂੰ ਲੱਗਦਾ ਇਹਨੂੰ ਵੀ ਗਲੂਕੋਜ਼ ਦੀ ਬੋਤਲ ਆਉਣ ਵਾਲੀ ਹੋਈ ਇਹਨੂੰ ਗਲੂਕੋਜ਼ ਦੀ ਕਮੀ ਹੈ ਜਿਹੜਾ ਆਸਤਾ ਆਸਤਾ ਤੁਰਿਆ ਆਉਂਦਾ ਪਾਣੀ ਹਾਲਾਂਕਿ ਖਾਲਾ ਗਿੱਲਾ ਕੱਲ੍ਹ ਮੋਟਰ ਚਲਾਈ ਸੀ ਚਾਚੂ ਨਾਲ ਚਾਚੂ ਨੇ ਕੱਲ੍ਹ ਭਰੀ ਕਰਨਾ ਗਾ ਆਪਣੇ ਅਤੇ ਪੱਠੇ ਅਤੇ ਇਹ ਹੁਣ ਆਸਤਾ ਥਾ ਪਾਣੀ ਆਇਆ ਵਾ ਚਲੋ ਅੱਲਾ ਖੈਰ ਕਰੇ ਆਪਣੇ ਆ ਗਿਆ ਵਾ ਨੱਕੇ ਦੇ ਵਿੱਚ ਪਾਣੀ ਖਾਲੇ ਆਪਣੇ ਹੁਣ ਭਰ ਜਾਣਗੇ ਹੁਣ ਉਮੀਦ ਹੈ ਵੀ ਹੁਣ ਭਰ ਜਾਣਗੇ ਅਸੀਂ ਕਿਆ ਰੇ ਪਾਣੀ ਅੱਲਾ ਖੈਰ ਕਰ ਕਿਆ ਰੇ ਸ਼ੁਰੂ ਹੋ ਗਿਆ ਵਾ ਅਤੇ ਮੈਂ ਉਹ ਤਾਂ ਪਰੇ ਗਿਆ ਸੀਗਾ ਪੱਠੇ ਚੁੱਕਣ ਪੱਠੇ ਘਰ ਸੁੱਟਣ ਗਿਆ ਸੀ ਪੰਡ ਅਤੇ ਲੇਕਿਨ ਪਾਣੀ ਦਾ ਖਾਲੇ 'ਚ ਆ ਗਿਆ ਵਾ ਇਹ ਮੋਟਰ ਦਾ ਅਤੇ ਹੁਣ ਅੱਲਾ ਖੈਰ ਕਰੇ ਅੱਧਾ ਕੁ ਕਿਆਰਾ ਮੈਨੂੰ ਲੱਗਦਾ ਵੀ ਹੋ ਗਿਆ ਵਾ ਅਤੇ ਗਰਮੀ ਆ ਗਈ ਜੇ ਬਹੁਤ ਜ਼ਿਆਦਾ ਗਰਮੀ ਨੂੰ ਲੱਗਣ ਲੱਗ ਪਈ ਹੈ ਗਰਮੀ ਆ ਆਉਣੀ ਵੀ ਏਅਰ ਕੀ ਇਹ ਸ਼ੁਕਰ ਅੱਲਾ ਤਾਲਾ ਦਾ ਅਤੇ ਰੋਂਦੇ ਥੋੜ੍ਹੇ ਰੋਂਦੇ ਆ ਅਤੇ ਠੰਡ ਵਾਲੇ 'ਚ ਅੱਗੇ ਹਰ ਵਜੇ ਰੋਂਦਾ ਫੁੱਲ ਗਰਮੀ ਹੁੰਦਾ ਸੀ ਏਅਰ ਕੀ ਰੋਂਦੇ ਆ ਕੋਈ ਮੌਸਮ ਸੈੱਟ ਆ ਲੇਕਿਨ ਹੁਣ ਗਰਮੀ ਦੀ ਸ਼ੁਰੂਆਤ ਹੋਣ ਲੱਗ ਪਈ ਆ ਫਸਲਾਂ ਵੀ ਸੁੱਕ ਰਹੀਆਂ ਵਾ ਅਤੇ ਬੰਦੇ ਸਮਝੋ ਬੰਦੇ ਤਾਂ ਸੁੱਕਣਾ ਸੁੱਕਣਾ ਜਦੋਂ ਗਰਮੀ ਹੋਣੀ ਜਿੰਨਾ ਨੂੰ ਕੰਮ ਕਰਨਾ ਮੌਤ ਆ ਜਵਾਨ ਦੀ ਮੌਤ ਆ ਕੰਮ ਕੇ ਆਪਾਂ ਤਾਂ ਲੱਗੇ ਹਾਂ ਪਾਣੀ ਲਾਉਣ ਜੋ ਪੱਠੇ ਸੁੱਕਣ ਦੇ ਸੀ ਭਰਾਵਾ ਅੱਜ ਹਫ਼ਤਾ ਆ ਗਿਆ ਪਾਣੀ ਲੱਗਿਆ ਨਾ ਪੱਠਿਆਂ ਨੂੰ ਮੈਂ ਕਿਹਾ ਚਲੋ ਅੱਜ ਪਾਣੀ ਲਾ ਲਈਏ ਬਹੁਤ ਖਰਾਬ ਸੀਗਾ ਫਿਰ ਮੋਟਰ ਚਲਾਈ ਮੋਟਰ ਚਲਾ ਕੇ ਲਾਏ ਪਾਣੀ ਅਤੇ ਹੁਣ ਮੈਨੂੰ ਲੱਗਦਾ ਕਿ ਕਿਆਰਾ ਭਰ ਗਿਆ ਵਾ ਅਗਲੇ ਕਿਆਰੇ 'ਚ ਬੰਨਣਾ ਪੈਣਾ ਪਾਣੀ ਦੇਖਦਾ ਕਿੰਨਾ ਕਿਆਰਾ ਭਾਈ ਜਾਨ ਚੌਧਰੀ ਆ ਗਿਆ ਲਾਗੇ ਇਹ ਬੀਜਿਆ ਸੀ ਆਪਾਂ ਜਵਾ ਕਿ ਦੋ ਲੋ ਵੱਡੇ ਆ ਅਤੇ ਤੀਸਰਾ ਲੋ ਹੁਣ ਵਿਰਲਾ ਹੋ ਗਿਆ ਮੈਂ ਕਿਹਾ ਚਲੋ ਜਾਂਦੀ ਜਾਂਦੀ ਵਾਰ ਇੱਕ ਵਾਰੀ ਹੋਰ ਵੜ ਲਈਏ ਅਤੇ ਇਹ ਕਿਤੇ ਕੰਮ ਹੀ ਆ ਚਲੋ ਹੁਣ ਪਾਣੀ ਖਾਦ ਪਾਈ ਖਾਦ ਪਾ ਕੇ ਪਾਣੀ ਫਿਰ ਇਹਨੂੰ ਲਾਇਆ ਵਾ ਚਲੋ ਜਵਾ ਹੋ ਜਾਏਗਾ ਪੂਰਾ ਕ ਬਹੁਤ ਲੱਗਦਾ ਸ਼ਾਮ ਹੋ ਗਈ ਆ ਵੀਰ ਪਾਣੀ ਲਾਉਂਦਿਆਂ ਚਾਰ ਵੱਜ ਗਏ ਨੇ ਜੇਕਰ ਪੱਠੇ ਨਹੀਂ ਭਰੇ ਗਏ ਕਿਉਂਕਿ ਮੋਟਰ ਪਾਣੀ ਬਹੁਤ ਥੋੜ੍ਹਾ ਦੇ ਰਹੀ ਹੈ ਬਹੁਤ ਪਾਣੀ ਤਾਂ ਦੇ ਰਹੀ ਅਤੇ ਸਫ਼ਰ ਬਹੁਤ ਆ ਅਜੇ ਤੱਕ ਲੱਗੇ ਹੋਏ 4 ਵਜੇ ਤੱਕ ਆਪਾਂ